ਵਲਦਾਂ ਨਾਲ ਖੇਤੀ ਕੀਤੀ ਤੇ ਊਂਠਾਂ ਨਾਲ ਖੇਤੀ ਕੀਤੀ ਅਸੀਂ। ਅੱਜ ਅਸੀਂ ਟਰੈਕਟਰਾਂ ਦੇ ਮਾਲਕ ਹੋ ਗਏ, ਟਰੈਕਟਰਾਂ ਨਾਲ ਟੋਏ ਟਿੱਬੇ ਪੱਧਰ ਕੀਤੇ ਤੇ ਸਾਡੀਆਂ ਮਾਈਆਂ ਨੇ ਚੱਕੀਆਂ ਬਾਹ ਵਾ ਕੇ ਹੱਥਾਂ ਵਾਲੀਆਂ ਸਾਨੂੰ ਅੰਨ ਖੜਾਇਆ, ਸਾਡੇ ਯਾਦ ਆ ਸਾਰਾ ਕੁਛ ਅਸੀਂ ਦੇਖਿਆ ਤੇ ਆਪਣੇ ਪਿਓ ਦੇ ਪੈਰਾਂ ਦੇ ਵਿੱਚ ਬਹਿ ਕੇ ਸੁਹਾਗੀ ਤੇ ਝਾੜੀ ਲਈ ਆ। ਅੱਜ ਸਰਕਾਰ ਸਾਨੂੰ ਕਹਿੰਦੀ ਆ ਖੇਤੀ ਦੇ ਵਿੱਚ ਖੜੋਤ ਆ ਗਈ। ਬਾਈ ਜੀ ਸਾਨੂੰ ਜਦੋਂ ਇੱਕ ਡੱਕੇ ਦਾ ਵੀ ਇਹਨਾਂ ਨੇ ਸਹਿਯੋਗ ਨਹੀਂ ਕੀਤਾ, ਉਸ ਟਾਈਮ ਵੀ ਅਸੀਂ ਖੇਤੀ ਕਰਦੇ ਸੀ ਤੇ ਦੇਸ਼ ਦਾ ਢਿੱਡ ਭਰਦੇ ਸੀ। ਆਪਣੀ ਧਰਤੀ ਮਾਂ ਸ਼ਿੰਗਾਰ ਕੇ ਇਹੀ ਜੀ ਕਰਤੀ ਕਿ ਹਰ ਇੱਕ ਦੀ ਅੱਖ ਉਹਦੇ ਤੇ ਆ ਗਈ ਵੀ ਯਾਰ ਆਹ ਚੀਜ਼ ਸਾਨੂੰ ਚਾਹੀਦੀ ਆ। ਧਰਤੀ ਮਾਂ ਦੇ ਪੁੱਤਰ ਆ, ਆਪਣੀ ਜ਼ਮੀਨ ਅਸੀਂ ਕਿਸੇ ਨੂੰ ਖੋਹ ਨਹੀਂ ਦਿਆਂਗੇ। ਸਾਨੂੰ ਚਾਉ ਨਹੀਂ ਆਉਂਦਾ ਵੀ ਧਰਤੀ ਹੇਠਲਾ ਅਸੀਂ ਪਾਣੀ ਮੁਕਾ ਦਈਏ, ਦੇਣ ਸਾਨੂੰ ਕੱਲੀ ਕੱਲੀ ਫਸਲ ਦੇ MSP, ਅਸੀਂ ਨਹੀਂ ਝੋਨਾ ਲਾਉਂਦੇ। ਕਾਂਗਰਸ ਦਾ ਹੈ, ਚਾਹੇ ਉਹ ਅਕਾਲੀਆਂ ਦਾ ਹੈ, ਚਾਹੇ ਉਹ BJP ਦਾ ਹੈ, ਸਾਨੂੰ ਸਭ ਨੇ ਵੇਚਿਆ, ਇਹਨਾਂ ਦੇ ਬੂਥੇ ਦੇ ਲਫੇੜੇ ਮਾਰੋ। ਮੈਂ ਗਲਤ ਨਾ ਕਹਿਣਾ, ਇਹ ਨਾ ਬੰਦੇ ਦੇ ਪੁੱਤ ਬਣ ਜਾਣਾ। ਅਸੀਂ ਖੇਤੀ ਸਟਾਰਟ ਕਿੱਥੋਂ ਕੀਤੀ ਅਤੇ ਅੱਜ ਅਸੀਂ ਕਿੱਥੇ ਆਏ ਹਾਂ। ਮੇਰੇ ਬਜ਼ੁਰਗ ਬੈਠੇ ਨੇ, ਇਹਨਾਂ ਨੇ ਚਾਊ ਦੇ ਹਲ ਜਿਹੜੇ ਲੱਕੜ ਦੇ ਹੁੰਦੇ ਸੀ ਉਹਨਾਂ ਨਾਲ ਵਾਹ ਕੇ ਬੰਜਰ ਜ਼ਮੀਨਾਂ ਨੂੰ ਆਬਾਦ ਕਰਦੇ ਆਉਂਦੇ ਨੇ ਇਹ, ਅਤੇ ਉਸ ਤੋਂ ਬਾਅਦ ਲੋਹੇ ਦੇ ਫਾਲੇ ਆਏ, ਉਹਨਾਂ ਨਾਲ ਵਲਦਾਂ ਨਾਲ ਖੇਤੀ ਕੀਤੀ ਅਤੇ ਊਂਠਾਂ ਨਾਲ ਖੇਤੀ ਕੀਤੀ ਅਸੀਂ, ਅਤੇ ਉਸ ਵੇਲੇ ਵੀ ਅਸੀਂ ਦੇਸ਼ ਦਾ ਢਿੱਡ ਭਰਦੇ ਰਹੇ, ਅਨਾਜ ਪੈਦਾ ਕਰਦੇ ਰਹੇ, ਜਦਕਿ ਸਾਨੂੰ ਸਰਕਾਰ ਦੀ ਇੱਕ ਰੁਪਈਏ ਦੀ ਵੀ ਸਹਿਯੋਗ ਨਾ ਸੋ। ਉਸ ਟਾਈਮ ਵੀ ਅਸੀਂ ਖੇਤੀ ਕਰਦੇ ਆਏ ਹਾਂ ਅਤੇ ਅਸੀਂ ਹਲਾਂ ਦੇ ਬਾਅਦ ਫਲਿਆਂ ਦੇ ਨਾਲ ਅੰਨ ਗਾਹ ਕੇ ਪੈਦਾ ਕੀਤਾ, ਅਤੇ ਉਸ ਤੋਂ ਬਾਅਦ ਅੱਜ ਅਸੀਂ ਟਰੈਕਟਰਾਂ ਦੇ ਮਾਲਕ ਹੋ ਗਏ, ਟਰੈਕਟਰਾਂ ਨਾਲ ਟੋਏ ਟਿੱਬੇ ਪੱਧਰ ਕੀਤੇ ਅਤੇ ਸਾਡੀਆਂ ਮਾਈਆਂ ਨੇ ਚੱਕੀਆਂ ਵਾਹ ਵਾਹ ਕੇ ਹੱਥਾਂ ਵਾਲੀਆਂ ਸਾਨੂੰ ਅੰਨ ਖੜਾਇਆ, ਸਾਡੇ ਯਾਦ ਆ ਸਾਰਾ ਕੁਛ ਅਸੀਂ ਦੇਖਿਆ, ਅਤੇ ਅਸੀਂ ਚੜੋਆਂ ਨਾਲ ਆਪਣੀ ਖੂਹਾਂ ਤੋਂ ਸਿੰਚਾਈ ਕੀਤੀ ਆ, ਹਲਟਾਂ ਨਾਲ ਸਿੰਚਾਈ ਕੀਤੀ ਆ, ਹਲਟ ਤਾਂ ਮੈਂ ਦੇਖੇ ਨੇ, ਅਤੇ ਆਪਣੇ ਪਿਓ ਦੇ ਪੈਰਾਂ ਦੇ ਵਿੱਚ ਬਹਿ ਕੇ ਸੁਹਾਗੀ ਅਤੇ ਝਾੜੀ ਲਈ ਆ, ਅਤੇ ਹਲ ਵੀ ਮੈਂ ਚਲਾਇਆ, ਤਰਫਾਲੀ ਦੇ ਨਾਲ ਮੱਕੀ ਹਰ ਵੀ ਸੀੜੀ ਆ, ਅਤੇ ਗੰਨਾ ਵੀ ਮੈਂ ਸੀੜਿਆ। ਇਸ ਕਰਕੇ ਅੱਜ ਸਰਕਾਰ ਸਾਨੂੰ ਕਹਿੰਦੀ ਆ ਖੇਤੀ ਦੇ ਵਿੱਚ ਖੜੋਤ ਆ ਗਈ। ਬਾਈ ਜੀ ਸਾਨੂੰ ਜਦੋਂ ਇੱਕ ਡੱਕੇ ਦਾ ਵੀ ਇਹਨਾਂ ਨੇ ਸਹਿਯੋਗ ਨਹੀਂ ਕੀਤਾ, ਉਸ ਟਾਈਮ ਵੀ ਅਸੀਂ ਖੇਤੀ ਕਰਦੇ ਸੀ ਅਤੇ ਦੇਸ਼ ਦਾ ਢਿੱਡ ਭਰਦੇ ਸੀ। ਅੱਜ ਅਸੀਂ ਖੇਤੀ ਆਪਣੀ ਧਰਤੀ ਮਾਂ ਸ਼ਿੰਗਾਰ ਕੇ ਇਹੀ ਜੀ ਕਰਤੀ ਕਿ ਹਰ ਇੱਕ ਦੀ ਅੱਖ ਉਹਦੇ 'ਤੇ ਆ ਗਈ ਵੀ ਯਾਰ ਆਹ ਚੀਜ਼ ਸਾਨੂੰ ਚਾਹੀਦੀ ਆ। ਕੀ ਗੱਲ, ਸਾਥੋਂ ਜ਼ਮੀਨਾਂ ਖੋਹਣ ਵਾਲਿਆਂ ਨੂੰ ਉਦੋਂ ਪਤਾ ਨਾ ਸੋ ਵੀ ਇਹ ਚੀਜ਼ ਅਸੀਂ ਲੈਣੀ ਆ ਜਾਂ ਇਹ ਚੀਜ਼ ਸ਼ਿੰਗਾਰਨੀ ਆ। ਉਸ ਟਾਈਮ ਅਸੀਂ ਉਸ ਨੂੰ ਸ਼ਿੰਗਾਰਿਆ ਅਤੇ ਅਸੀਂ ਖੇਤੀ ਧਰਤੀ ਮਾਂ ਦੇ ਪੁੱਤਰ ਹਾਂ, ਆਪਣੀ ਜ਼ਮੀਨ ਅਸੀਂ ਕਿਸੇ ਨੂੰ ਖੋਹ ਨਹੀਂ ਦਿਆਂਗੇ। ਅਤੇ ਅੱਜ ਸਾਡੇ ਕੋਲ 4x4 ਟਰੈਕਟਰ ਆ ਗਏ, ਉਂਗਲਾਂ ਦੇ ਨਾਲ ਅਸੀਂ ਬਟਨ ਦੱਬਦੇ ਸੀ ਅਤੇ ਪਾਣੀ ਕੱਢਦੇ ਸੀ, ਅੱਜ ਅਸੀਂ ਆਟੋਮੈਟਿਕ ਲਾਏ ਹੋਏ ਨੇ। ਇੰਨਾ ਸਾਨੂੰ ਸੁੱਖ ਦਾ ਸਾਧਨ ਕਿੱਥੋਂ ਆ, ਅਸੀਂ ਆਪਣੀ ਮਿਹਨਤ ਨਾਲ ਕੀਤਾ ਹੈ, ਖਟੋ ਕੇ ਕਹਿਣਾ ਕੀਤਾ ਕਿ ਨਹੀਂ ਬਜ਼ੁਰਗੋ? ਸਤਿ ਸ੍ਰੀ ਅਕਾਲ। ਬਜ਼ੁਰਗਾਂ ਨੂੰ ਸਭ ਪਤਾ ਵੀ ਇਹ ਕਿੱਥੋਂ ਉੱਠੇ ਨੇ ਅਤੇ ਅਸੀਂ ਆਪਣੇ ਬੱਚੇ ਕਿੱਥੇ ਲੈ ਕੇ ਗਏ ਹਾਂ। ਇਹ ਸਰਕਾਰਾਂ ਖੜੋਤ ਕਹਿੰਦੀਆਂ ਨੇ, ਅਸੀਂ ਅੱਜ ਵੀ ਆਪਣੇ ਬਾਹੋ ਬਲ 'ਤੇ ਖੇਤੀ ਕਰਦੇ ਹਾਂ, ਸਾਨੂੰ ਇੱਕ ਰੁਪਈਏ ਦੀ ਵੀ ਸਹਿਯੋਗ ਨਹੀਂ ਕਰਦੀ। ਅਤੇ ਦੂਜੇ ਨੰਬਰ 'ਤੇ ਕਹਿੰਦੇ ਨੇ ਪਾਣੀ ਧਰਤੀ 'ਚੋਂ ਮੁੱਕਦਾ। ਯਾਰ ਉਹ ਹਰ ਇੱਕ ਇਹੀ ਜਿਹੀ ਫਸਲ ਆ ਜਿਹਦੇ 'ਤੇ ਇੱਕ ਰੁਪਈਏ ਦੀ ਵੀ ਲਾਗਤ ਨਹੀਂ ਆਉਂਦੀ। ਬਜ਼ੁਰਗੋ ਆਉਂਦੀ ਆ, ਕੋਈ ਰਿਓ ਪੈਂਦਾ ਉਹਦੇ 'ਚ, ਕੋਈ ਸਪਰੇਅ ਹੁੰਦੀ ਆ ਉਹਨੂੰ, ਕੋਈ ਗਡਾਈ ਹੁੰਦੀ ਆ ਉਹਨੂੰ, ਇੱਕ ਰੁਪਈਏ ਦੀ ਫਸਲ ਨਹੀਂ, ਇੱਕ ਰੁਪਈਏ ਦਾ ਉਹਦੇ 'ਤੇ ਲਾਗਤ ਨਹੀਂ ਆਉਂਦੀ। ਅਤੇ ਮੱਕੀ ਨੂੰ ਹੁਣ ਇਹੀਆਂ ਸਪਰੇਹਾਂ ਚੱਲ ਪਈਆਂ ਕੱਖ ਮਾਰ ਕੇ, ਉਹਦੇ 'ਤੇ ਇੱਕ ਰੁਪਈਏ ਦੀ ਲਾਗਤ ਨਹੀਂ ਆਉਂਦੀ। ਇਹਨਾਂ ਨੇ ਸਾਨੂੰ MSP ਕਿਉਂ ਨਹੀਂ ਦਿੱਤੀ? ਅਸੀਂ ਝੋਨਾ ਲਾ ਕੇ ਰਾਜੀ ਨਹੀਂ? ਮੈਂ 24-24 ਕਿੱਲਿਆਂ 'ਚ ਆਪਣੇ ਪੁੱਤ ਨੂੰ ਨਾਲ ਲੈ ਕੇ, ਭਤੀਜੇ ਨੂੰ ਨਾਲ ਲੈ ਕੇ ਰਿਓ ਪਾ ਕੇ ਆਇਆ। ਅੱਜ ਹੁਣ ਸਾਡਾ ਉਹ ਕੰਮ ਸਾਂਭ ਰਹੇ ਨੇ, ਜਦ ਹਲਕਾ ਹੋ ਗਿਆ ਕੰਮ ਮੈਂ ਦਿੱਲੀ ਆ ਗਿਆ। 60 ਕਿੱਲਿਆਂ ਦੀ ਖੇਤੀ ਕਰਦਾ ਮੈਂ ਆਪਣੇ ਭਤੀਜੇ ਔਰ ਪੁੱਤ ਦੇ ਸਿਰ 'ਤੇ। ਸਾਨੂੰ ਚਾਉ ਨਹੀਂ ਉਹਦਾ ਗੋਡੇ ਗੋਡੇ ਗਾਰੇ ਦੇ ਵਿੱਚ ਲੱਤਾਂ ਸਹਾਉਣ ਦਾ। ਸਾਨੂੰ ਸਾਰੀਆਂ ਚੀਜ਼ਾਂ ਦੇ MSP ਦੇਣ, ਅਸੀਂ ਪੰਜਾਬ ਦਾ ਪਾਣੀ ਬਰਬਾਦ ਨਹੀਂ ਹੋਣ ਦੇਵਾਂਗੇ। ਸਾਨੂੰ ਚਾਉ ਨਹੀਂ ਆਉਂਦਾ ਵੀ ਧਰਤੀ ਹੇਠਲਾ ਅਸੀਂ ਪਾਣੀ ਮੁਕਾ ਦਈਏ। MSP ਨਲਾਇਕੀ ਇਹਨਾਂ ਦੀ, ਸਾਨੂੰ MSP ਨਹੀਂ ਦਿੱਤੀ, ਨਾ ਦੇ ਰਹੀਆਂ। ਹਰੇਕ ਫਸਲ 'ਤੇ MSP ਹੋਵੇ, ਮੱਕੀ 'ਤੇ ਹੋਵੇ, ਹਰ 'ਤੇ ਹੋਵੇ, ਗੁਬਾਰੇ 'ਤੇ ਹੋਵੇ, ਕਿਹੜੀਆਂ ਫਸਲਾਂ ਸਾਡੇ ਪੰਜਾਬ 'ਚ ਹੁੰਦੀਆਂ? ਹੁੰਦੀ ਆ ਕੋਈ?
ਅਸੀਂ ਜਦੋਂ ਮੋਟਰਾਂ ਤੇ ਜਾਂਦੇ ਸੀ ਅਸੀਂ ਭੁੱਖੇ ਨਾਲ ਸੋ ਮਰਦੇ ਸੀ, ਰੋਟੀ ਕਿ ਨਹੀਂ ਉਹ ਝਾਕਦੇ, ਚਾਰ ਚਾਰ ਛੱਲੀਆਂ ਭੁੰਨ ਕੇ ਚੱਪ ਲੈਂਦੇ ਸੀ, ਹਰੇਕ ਜੀ ਸਾਡੇ ਖੇਤਾਂ ਵਿੱਚ ਗੰਨਾ ਚੂਪ ਕੇ ਅਸੀਂ ਭੁੱਖ ਮਿਟਾ ਲੈਂਦੇ ਸੀ, ਸਾਨੂੰ ਘਰੋਂ ਟਿਫਨ 'ਚ ਰੋਟੀ ਬੰਨ ਕੇ ਲੈ ਕੇ ਜਾਣੀ ਪੈਂਦੀਆਂ ਇਹਨਾਂ ਦੀਆਂ ਨਲਾਇਕੀਆਂ ਕਰਕੇ। ਦੇਣ ਸਾਨੂੰ ਇਕੱਲੀ ਇਕੱਲੀ ਫਸਲ ਦੇ MSP, ਅਸੀਂ ਨਹੀਂ ਝੋਨਾ ਲਾਉਂਦੇ। ਪੰਜਾਬ ਸਰਕਾਰ ਕਹਿੰਦੀ ਆ ਬੂੰਦ ਬੂੰਦ ਨੂੰ ਤਰਸੋਂਗੇ ਜੇ ਪਾਣੀ ਸਹੀ ਨਹੀਂ ਵਰਤੋਂਗੇ, ਸਾਨੂੰ ਚਾਅ ਆਉਂਦਾ ਅਸੀਂ ਬੂੰਦ ਬੂੰਦ ਨੂੰ ਤਰਸੀਏ, ਸਾਨੂੰ ਝੋਨਾ ਲਾਉਣ ਦਾ ਚਾਅ ਆਉਂਦਾ ਜੀ, ਅਸੀਂ ਨਹੀਂ ਝੋਨਾ ਲਾ ਕੇ ਰਾਜੀ, ਸਾਨੂੰ ਸਾਰੀਆਂ ਫਸਲਾਂ 'ਤੇ MSP ਦੇਣ, ਅਸੀਂ ਝੋਨਾ ਨਹੀਂ ਲਾਵਾਂਗੇ, ਅਸੀਂ ਇਕੱਲੀ ਕਣਕ ਨਹੀਂ ਬੀਜਾਂਗੇ, ਸਾਨੂੰ ਛੋਲਿਆਂ 'ਤੇ ਦੇਣ, ਸਾਨੂੰ ਮਸਰੀ 'ਤੇ ਦੇਣ। ਕਿਹੜੀਆਂ ਫਸਲਾਂ ਯਾਰ ਸਾਡੇ ਹੁੰਦੀਆਂ, ਸਭ ਫਸਲਾਂ ਹੁੰਦੀਆਂ ਨੇ। ਅਤੇ ਉਹਦੇ ਬਾਅਦ ਮੈਂ ਇੱਕ ਬੇਨਤੀ ਹੋਰ ਕਰੂੰਗਾ, ਬਾਈ ਜੀ ਸਾਡੇ ਨਾਲ ਅੱਗੇ ਹੱਥੀਂ ਕੰਮ ਕਰਦੇ ਸੀ, ਹਰ ਇੱਕ ਬਰਾਦਰੀ ਦਾ ਬੰਦਾ ਸਾਡੇ ਨਾਲ ਸਹਿਯੋਗ ਕਰਦਾ ਸੀ, ਚਾਹੇ ਕੋਈ ਕਣਕ ਵੱਢਦਿਆਂ ਨੂੰ ਪਾਣੀ ਪਿਲਾਉਂਦਾ ਸੀ ਮਸ਼ਕ ਦੇ ਵਿੱਚ, ਚਾਹੇ ਸਾਡੇ ਨਾਲ ਹਿੱਸੇ 'ਤੇ ਕੋਈ ਸੀਰੀ ਰਲਦਾ ਸੀ, ਚਾਹੇ ਕੋਈ ਲਹਾਰ ਜਾਂ ਤਰਖਾਣ ਸੀ, ਇਹਨਾਂ ਲੋਕਾਂ ਨੇ ਸਾਡੀ ਪਹਿਲਾਂ ਉਹਨਾਂ ਨਾਲੋਂ ਸਾਂਝ ਤੋੜੀ ਆ। ਸਾਂਝ ਤੋੜੀ ਆ ਜਾਂ ਨਹੀਂ ਬਜ਼ੁਰਗੋ, ਤੁਸੀਂ ਸਾਨੂੰ ਹੱਥ ਖੜਾ ਕਰਕੇ ਦੱਸ ਦਿਓ, ਤੋੜੀ ਆ ਨਾ? ਅਤੇ ਇਸ ਗੱਲ 'ਤੇ ਮੈਂ ਬਹੁਤ ਵਾਰੀ ਸੋਚਦਾ, ਆਪਣੇ ਬਜ਼ੁਰਗਾਂ ਦੇ ਨਾਲ ਗੱਲਾਂ ਕਰਦਾ ਪੁਰਾਣੀਆਂ, ਮੈਨੂੰ ਸਭ ਗੱਲਾਂ ਦਾ ਪਤਾ ਹੈ, ਮੈਂ ਖੇਤੀ ਨਾਲ ਮੁੜ ਤੋਂ ਜੁੜਿਆ ਹੋਇਆ ਬੰਦਾ ਹੈ, ਮੈਂ ਕੋਈ ਨੌਕਰੀ ਨਹੀਂ ਕੀਤੀ, ਕੋਈ ਕੁਛ ਨਹੀਂ ਕੀਤਾ, ਮੈਂ ਆਪਣੇ ਪਿਓ ਦਾਦੇ ਦੀ ਵਿਰਾਸਤੀ ਖੇਤੀ ਕੀਤੀ ਆ। ਮੇਰਾ ਭਤੀਜਾ BSC ਨੌਨ ਮੈਡੀਕਲ ਪੜ੍ਹ ਕੇ ਕਹਿੰਦਾ ਵੀ ਚਾਚਾ ਖੇਤੀ ਕਰਨੀ ਆ, ਹੋਰ ਕੁਛ ਨਹੀਂ ਕਰਨਾ। ਉਹ ਮਾਂ ਅਸੀਂ ਤਾਂ ਗਲ ਫਰਾਹੇ ਲੈ ਲੈ ਮਰਦਿਆਂ, ਤੂੰ ਕੋਈ ਹੋਰ ਧੰਦਾ ਕਰ ਲਾ, ਕਹਿੰਦਾ ਵੀ ਨਹੀਂ ਚਾਚਾ ਇਹੀ ਕੰਮ ਕਰਨਾ, ਹੋਰ ਨਹੀਂ ਕੁਛ ਕਰਨਾ। ਯਾਰ ਸਾਡੇ 'ਚ ਖੇਤੀ ਦੇ ਧਰਤੀ ਮਾਂ ਦੇ ਪੁੱਤਰ ਹਾਂ, ਸਾਨੂੰ MSPਆਂ ਦੇਣ, ਅਸੀਂ ਨਹੀਂ ਪਾਣੀ ਖਰਾਬ ਕਰਾਂਗੇ, ਸਾਨੂੰ MSPਆਂ ਦੇਣ, ਅਸੀਂ ਇੱਕ ਫਸਲ ਨਹੀਂ ਬੀਜਾਂਗੇ। ਪਰ ਉਹ ਗੌਰਮੈਂਟ ਨੇ ਸਾਡੇ ਗਲ 'ਚ ਜਾਣ ਬੁੱਝ ਕੇ ਫੰਦਾ ਪਾਇਆ, ਇਹਨਾਂ ਨੂੰ ਇੱਕ ਗੱਲ ਕਿਹਾ ਕਰੋ, ਜਿਹੜੇ ਲੀਡਰ ਚਾਹੇ ਕਾਂਗਰਸ ਦਾ, ਚਾਹੇ ਉਹ ਅਕਾਲੀਆਂ ਦਾ, ਚਾਹੇ ਉਹ BJP ਦਾ, ਸਾਨੂੰ ਸਭ ਨੇ ਵੇਚਿਆ, ਸਭ ਨੇ ਵੇਚਿਆ ਜਾਂ ਨਹੀਂ ਵੇਚਿਆ, ਸਾਈਨ ਕੀਤੇ ਆ ਜਾਂ ਨਹੀਂ ਕੀਤੇ, ਕਰੇ ਨੇ ਨਾ? ਅਤੇ ਇਹਨਾਂ ਨੂੰ ਕਿਉਂ ਨਹੀਂ ਪਿੰਡਾਂ ਯਾਰ ਜਾ ਕੇ ਤੁਸੀਂ ਜਦ ਆਉਂਦੇ ਨੇ ਛੱਤਰ ਮਾਰ ਕੇ ਇਹਨਾਂ ਦੇ ਮਾਰ ਲਫੇੜੇ, ਇਹਨਾਂ ਨੂੰ ਪੁੱਛੋ ਵੀ ਕਿਉਂ ਤੁਸੀਂ ਸਾਨੂੰ ਵੇਚ ਕੇ ਆਏ ਹੋ, ਕਿਹੜੇ ਮੂੰਹ ਦੇ ਨਾਲ ਵੋਟਾਂ ਲੈਣ ਆ ਗਏ ਸਾਡੇ ਕੋਲੋਂ? ਸਤਿ ਸ੍ਰੀ ਅਕਾਲ, ਪੁੱਛੋ ਯਾਰ ਇਹਨਾਂ ਨੂੰ, ਇਹਨਾਂ ਦੇ ਬੂਥੇ 'ਤੇ ਲਫੇੜੇ ਮਾਰੋ। ਮੈਂ ਗਲਤ ਨਾ ਕਹਿਣਾ, ਇਹ ਨਾ ਬੰਦੇ ਦੇ ਪੁੱਤ ਬਣ ਜਾਣ, ਚਾਹੇ ਕੋਈ BJP ਵਾਲਾ, ਉਹਨਾਂ ਦਾ ਜ਼ੁਰਤ ਨਹੀਂ ਸਾਡੇ ਜਾ ਜਾਣ। ਆ ਕਾਂਗਰਸ ਵਾਲੇ ਅਕਾਲੀਆਂ ਨੂੰ ਪੁੱਛੋ ਵੇਚਿਆ ਕਿ ਨਹੀਂ ਸਾਨੂੰ, ਅਤੇ ਅੱਜ ਅਸੀਂ ਫਿਰ ਉਹਨਾਂ ਦੇ ਪਿੱਛੇ ਤੁਰ ਪਏ, ਇੱਥੇ ਆਉਣ ਦੀ ਬਜਾਏ ਉਹਨਾਂ ਦੀਆਂ ਰੈਲੀਆਂ ਜਾਂਦੇ ਹਾਂ। 5 ਬੰਦੇ ਮਰ ਗਏ ਅੱਜ ਸਿੱਧੂ ਦੀ ਰੈਲੀ ਦੇ ਵਿੱਚ, ਉਹ ਸਾਡੇ ਹੀ ਸੀ, ਕੋਈ ਹੋਰ ਦੀਆਂ ਮਜ਼ਦੂਰ ਹੋਣਗੇ ਜਾਂ ਕਿਸਾਨ ਹੋਣਗੇ, ਯਾਰ ਐਡੀ ਬੇਸ਼ਰਮਗੀ ਸਾਡੇ ਲੋਕਾਂ 'ਚ, ਇਸੇ ਕਰਕੇ ਧੱਕੇ ਹੁੰਦੇ ਨੇ ਸਾਡੇ ਨਾਲ। ਬਾਈ ਜੀ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਦੋਂ ਇਹ ਆਉਣ, ਇਹਨਾਂ ਨੂੰ ਲਲਕਾਰ ਕੇ ਪੁੱਛੋ ਵੇਚਿਆ ਕਿ ਨਹੀਂ ਸਾਨੂੰ, ਵੇਚਿਆ ਇਹਨਾਂ ਨੇ ਸਾਨੂੰ ਵੇਚਿਆ। ਅਤੇ ਜਿਹੜੀ ਤੰਬੂਆਂ ਦੀ ਬਾਈ ਜੀ ਗੱਲ ਆ ਅੱਗਾਂ ਦੀ, ਕੱਲ੍ਹ ਇੱਕ ਤਾਂ ਐਸਾ ਹੈਂਟਰ ਫੇਰਿਆ ਅੱਗ ਲਾਉਣ ਲੱਗੇ, ਤੇ ਸ਼ਮਸ਼ੇਰ ਸਿੰਘ ਸਬ ਇੰਸਪੈਕਟਰ ਨੂੰ ਫੜਾਇਆ, ਮੁੰਡਿਆਂ ਦੀ ਲਾਈਨ ਪਿੱਛੇ ਥਈ ਤੀ, ਮੈਂ ਜੇ ਇੱਕ ਲਫੇੜਾ ਮਾਰ ਲਾ ਕੇ ਸ਼ੇਰਾਂ ਵਰਗੇ ਮੁੰਡੇ ਨੇ, ਇਹ ਮਾਰ ਦੇਣਗੇ ਇਹਨੂੰ। ਹਰਿਆਣਵੀ ਬੰਦਾ ਸੀ, ਸਾਡਾ ਭਾਈਚਾਰਾ ਹਰਿਆਣੇ ਦੇ ਨਾਲ, ਇਸ ਕਰਕੇ ਮੈਂ ਮੂਹਰੇ ਹੋ ਕੇ ਰੋਕਿਆ ਵੀ ਨਾ ਯਾਰ ਪੁਲਿਸ ਨੂੰ ਫੜਾ ਦਿਓ, ਬਥੇਰੀ ਹੋ ਲਈ ਇਹਦੇ ਨਾਲ, ਅਸੀਂ ਬਹੁਤ ਪੱਖੀ ਦੇਖਦੇ ਹਾਂ, ਅਸੀਂ ਬੇਵਕੂਫ ਬੰਦੇ ਨਹੀਂ, ਸਾਨੂੰ ਸਾਰੀ ਗੱਲ ਦੀ ਸਮਝ ਆ ਵੀ ਹਰਿਆਣਾ ਭਾਈਚਾਰਾ, ਅਸੀਂ ਨਹੀਂ ਟੁੱਟਣ ਦੇਵਾਂਗੇ। ਜੇ ਇੱਕ ਨਾ ਅੱਧਾ ਨਲਾਇਕ ਬੰਦਾ ਯਾਰ, ਉਹਦੇ ਪਿੱਛੇ ਅਸੀਂ ਸਾਰੇ ਨਾਲ ਦੀ ਵਿਗਾੜਨੀ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਯੋਗਤ ਕਿਸਾਨ ਮੋਰਚਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।